आकाशवाणी ख़बरਾਂ शिवी सूरी को ला प्रधानमंत्री नरेंद्र मोदी और श्री अच सिंदिया स्कूल 152 में स्थापना दिवस समारोह शामिल होंगे मध्य प्रदेश दे एकलेगढ़ दे असेंबली चुनाव ते छत्तीसगढ़ च दुबै केड दे असेंबली के चुनाव आज बडले शुरू होई के इसरो ने मुल्क ਦੇ ਪਹਿਲੇ ਮਾਨਵ ਰਹਿਤ ਅੰਤਰਿਕਸ਼ ਯਾਨ ਮਿਸ਼ਨ ਗਗਨ ਗਿਆਨ ਦੀ ਅ즈ਮੈਸ਼ ਕੀਤੀ ਰੋਗੀ ਦਿੱਤਾ ਹੈ ਡੈਨਮਾਰਕ ਚ ਓਪਨ ਬੈਡਮਿੰਟਨ ਟੂਰਨਾਮੈਂਟ ਚ ਪੀਵੀ ਸੰਧੂ ਹੋਰ ਮਹਿਲਾਇਨ ਦੇ ਸਿੰਗਲਸ ਇਵੈਂਟ ਚ ਪੁੱਜ ਕੇ ਆਇਆ ਨਾ ਤੇ ਬੰਗਲੌਰੂ ਚ ਆਸਟ੍ਰੇਲੀਆ ਨੇ ਪਾਕਿਸਤਾਨ ਕੀ 8 ਰਨਜ਼ਿਕਨ ਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਚ ਅਰਾਇ ਦਿੱਤਾ ਉਨ ਖ਼ਬਰ ਦੀ ਵਿਸਥਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਅੱਜ ਮੱਧ ਪ੍ਰਦੇਸ਼ ਦੇ ਗਵਾਲੀਅਰ ਚ ਪੁੱਜਾ ਦੇਨਾ ਸ਼੍ਰੀ ਮੋਦੀ ਹੋਰ ਸੰਚਾਲਕ ਗਵਾਲੀਅਰ ਚ ਸਿੰਧਿਆ ਸਕੂਲ ਦੇ 152ਵੇਂ ਸਥਾਪਨਾ ਦਿਵਸ ਦੇ ਸਮਾਰੋਹ ਸ਼ਾਮਲ ਹੋ ਗਨ ਕਾਰਜਕ੍ਰਮ ਦੌਰਾਨ ਪ੍ਰਧਾਨ ਮੰਤਰੀ ਉਸ ਸਕੂਲ ਚ ਬਹੁ ਉਦੇਸ਼ਕ ਖੇਡ ਸਰਬੰਧੀ ਪਰਿਸਰ ਦਾ ਨੀਂਹ ਪੱਥਰ ਰੱਖ ਗਨ ਤੇ ਸਿਰਸ਼ ਥਾ ਹਾਸਲ ਕਰਨ ਵਾਲੇ ਵਿਦਿਆਰਥੀ ਤੇ ਉਨਨਗੀ ਸਾਲਾਨਾ ਪੁਰਸਕਾਰ ਵੀ ਪੇਟ ਕਰ ਗਨ इस मौके श्री मोदी और किट की संबोधित भी करगन सिंधिया स्कूल अठारह सौ सतानवे चडेर गया गौरतलब है प्रधानमंत्री और विद्यार्थियों आसिया नमी काडे की प्रदर्शनी दिखगन जेड़ा जी स्कूल कैंपस च लग इस मौके मध्य प्रदेश के राज्यपाल भाई पटेल मुख्यमंत्री शिवराज सिंह चौहान केंद्रीय मंत्री नरेंद्र सिंह तोमर ज्योतिरादित्य सिंधिया तो जितेंद्र सिंह और भी उ मौजूद होंग ਗਵਾਲੀਅਰ ਦੇ ਐਸਪੀ ਰਾਜੀਸ਼ ਸਿੰਘ ਚੰਦੇਲੌਰ ਹੋਰ ਇਹ ਜਾਣਕਾਰੀ ਦਿੱਤੀ ਜੇ ਪ੍ਰਧਾਨ ਮੰਤਰੀ ਹੋਂ ਦੀ ਸੁਰੱਖਿਆ ਲਈ ਕੋਈ 3000 ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਨਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰੇ ਉੱਤਰ ਪ੍ਰਦੇਸ਼ ਦੇ ਸਾਬਾ ਬਾਦ ਚ ਕੱਲ ਪਹਿਲੀ ਮਕਾਮੀ ਰੇਪਿਡ ਟ੍ਰਾਂਜ਼ਿਟ ਪ੍ਰਣਾਲੀ ਕੀ ਸ਼ੁਰੂ ਕਰਾਇਆ ਉਹਨੇ ਆਰਆਰਟੀਐਸ ਦੇ ਪ੍ਰਾਥਮਿਕਤਾ ਖੰਡ ਦਾ ਵੀ ਉਦਘਾਟਨ ਕੀਤਾ ਪਹਿਲੇ ਚਰਨ ਚ 17 ਕਿਲੋਮੀਟਰ ਦੀ ਦੂਰੀ ਕੀ ਪੂਰਾ ਕਰੋ ਜਿਸ ਚ ਸਹਿਬਾਬਾਦ ਸ਼ਾ ਦੂਈ ਡੀਪੋ ਤੋੜੀਦੀ ਜੱਤਰਾ ਉਹ ਗਤੇ ਇਸ ਰਸਤੇ ਉਪਰ ਗਾਜ਼ੀਆਬਾਦ ਗੁਲਦਰ ਤੇ ਦੁਹਾਈ ਸਟੇਸ਼ਨੋਂ ਗਨ श्री मोदी रैपिड एक्स ट्रेन पर सवार भी होए ना नमो भारत रखा गया है ट्रेन में उन्हें की थी, जिन्हें प्रधानमंत्री ने अपने अनुभव सझा किते दस जे इस ट्रेन सेवा दा क्या सकारात्मक प्रभाव होगा आम जनता इस सेवा अगम शुरू होगा प्रधानमंत्री होर बेंगलुरु मेट्रो दे पूर्वी पश्चिमी गलियारे के दौ खंडे भी राष्ट्री की समर्पित कीता

ਮਧਿਆਪ੍ਰਦੇਸ਼ ਦੇ ਇਕਲੇ ਗੇਟ ਚ ਉਹਨਿਆਲਾ ਅਸੈਂਬਲੀ ਚੁਣਾਂ ਲਈ ਨਾਮੰਗਨ ਪੱਤਰ ਤੇ ਛੱਤੀਸਗੜ੍ਹ ਚ ਦੂਵੇ ਗੇਟ ਦੇ ਅਸੈਂਬਲੀ ਚੁਣਾਂ ਅੱਜ ਬੜਲੇ ਸ਼ੁਰੂ ਹੋਈਗੇ ਮਧਿਆਪ੍ਰਦੇਸ਼ ਚ ਸਭੇ 230 ਹਲਕੇ ਤੇ ਛੱਤੀਸਗੜ੍ਹ ਦੀ 90 ਹਲਕੇ ਚ ਕੋਈ 70 ਹਲਕੇ ਲਈ ਨਾਮਜ਼ਦਗੀ ਲਈ ਇਸ ਮਹੀਨੇ ਦੀ 3 ਤਰੀਕੀ ਹੋਊਗਾ ਇਹਨ ਅਸੈਂਬਲੀ ਹਲਕੇ ਚ ਵੋਟ ਪਾਣੇ ਦਾ ਕੰਮ ਅਗਲੇ ਮਹੀਨੇ ਦੀ 17 ਤਰੀਕੀ ਹੋਊਗਾ ਦੋਨੇ ਰਾਜਾਂ ਚ ਨਾਮੰਗਨ ਪੱਤਰਾਂ ਦੀ ਜਾਂਚ ਇਸ ਮਹੀਨੇ ਦੀ 31 ਤਰੀਕੀ ਹੋਊਗਾ ਜਿਸਲੇ ਕੇ ਉਮੀਦਵਾਰ ਨੇ ਦੇ ਆਪਣੇ ਨਾਮ ਵਾਪਸ ਲੈਣ ਦੀ ਅਖੀਰੀ ਤਾਰੀਖ ਅਗਲੇ ਮਹੀਨੇ ਦੀ 2 ਤਰੀਕੀ ਹੋਗ ਮਿਜ਼ੁਰਮ ਦੇ ਇਕਲੇ ਗੇਟ ਦੇ ਅਸੈਂਬਲੀ ਚੁਣਾਈ ਲਈ ਨਾਮਕਨ ਪੱਤਰੇ ਦੀ ਜਾਂਚ ਅੱਜ ਹੋ ਰਹੀ ਹੈ ਤੇ ਛਤੀਸਗੜ੍ਹ ਚ ਪਹਿਲੇ ਗੇਟ ਦੇ ਚੁਣਾਈ ਲਈ ਨਾਮਕਨ ਪੱਤਰੇ ਦੀ ਵੀ ਜਾਂਚ ਅੱਜ ਕੇ ਹੋ ਰਹੀ ਹੈ ਉਮੀਦਵਾਰ ਸੋਮਵਾਰ ਤੋੜੀ ਆਪਣੇ ਨਾਮਕਨ ਪੱਤਰ ਵਾਪਸ ਲੈ ਸਕਦੇ ਹਨ ਮਿਜ਼ੁਰਮ ਚ ਸੱਬੇ 40 ਅਲਕੇ ਛਤੀਸਗੜ੍ਹ ਚ ਕੁੱਲ ਨੱਪੇ ਅਲਕੇਚਾ ਬੀ ਅਲਕੇ ਦੇ ਚੁਨਾਅ ਅਗਲੇ ਮਹੀਨੇ ਦੀ 7 ਤਰੀਕੀ ੋਂਗਨ ਤੇਲੰਗਾਨਾ ਤੇ ਰਾਜਸਥਾਨ ਚ ਆਉਂਦੇ ਮੱਤਪੂਰਨ ਚੁਨਾਅ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੁਨਾਅ ਕਮੇਟੀ ਦੀ ਬੈਠਕ ਜੰਦੀ ਰਾਤੀ ਪਾਰਟੀ ਦੇ ਮੁਖਿਆਲੇ ਚ ਸੰਪੰਨ ਹੋਈ ਗਈ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਜਪਾ ਅਧਿਐਕਸ਼ ਜੇਪੀ ਨੱਡਾ ਤੇ ਰੱਖਿਆ ਮੰਤਰੀ ਰਾਜਨਾ ਸਿੰਘ ਤੇ ਹੋਰ ਨੇ ਬਰਿਸ਼ਟ ਨੇਤਾ ਵੀ ਬੈਠਕਾ ਚ ਮੌਜੂਦ ਹੈ बैठकਾ ਚ ਤੇਲੰਗਾਨਾ ਚ ਆਉਂਦੀ ਅਸੈਂਬਲੀ ਚੁਣਾਈ ਲਈ ਉਮੀਦਵਾਰਾਂ ਦੇ ਨਾਂ ਕੀ ਮੁਖਦਰੂਪ ਦਿੱਤਾ ਗਿਆ ਰਾਜਸਥਾਨ ਤੇ ਮੱਧ ਪ੍ਰਦੇਸ਼ ਚ ਵੀ ਇਹੀ ਨੇ ਪ੍ਰਕਿਰਿਆ ਕੀ ਮੁਖਦਰੂਪ ਦਿੱਤਾ ਗਿਆ ਇਹ ਦੇ ਕੋ ਲੱਭਲੇ ਰਾਜਸਥਾਨ ਚੁਣਾਈ ਬੀਜੇਪੀ ਕੇਂਦਰੀ ਚੁਣਾ ਕਮੇਟੀ ਦੀ ਬੈਠਕਾ ਦੀ ਵੀ ਆਯੋਜਨ ਦਿੱਲੀ ਚ ਪਾਰਟੀ ਮੁਖਿਆਲੇ ਚ ਕੀਤਾ ਗਿਆ ਹਾ ਮਿਜ਼ੋਰਮ ਚ 7 ਨਵੰਬਰ ਛਤੀਸਗੜ ਚ 7 ਨਵੰਬਰ ਤੇ 17 ਨਵੰਬਰ ਕੀ ਚੁਣਾਉਂਗਨ ਮੱਧ ਪ੍ਰਦੇਸ਼ ਚ 17 ਨਵੰਬਰ ਰਾਜਸਥਾਨ ਚ 5 ਨਵੰਬਰ ਤੇ ਤੇਲੰਗਾਨਾ ਚ 3 ਨਵੰਬਰ ਕੀ ਚੁਣਾਉਂਗਨ ਚੁਣਾ ਆਯੋਗ ਨੇ ਛਤੀਸਗੜ ਚ ਪਹਿਲੇ ਗੇੜ ਦੀਆਂ 20 ਸੀਟਾਂ ਲਈ ਚੁਣਾ 17 ਨਵੰਬਰ ਕੀ ਹੋਂਗਨ ਸਭੇ ਰਾਜਾਂ ਚ ਵੋਟਾਂ ਦੀ ਗਿਣਤੀ 3 ਦਸੰਬਰ ਕੀ ਹੋਗ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਪਰ ਸੁਣਾਰਦੇ ਹੋ भारतीय अंतरिक्ष अनुसंधान संगठन इसरो ने अपने गगनयान रॉकेट के अंतरिक्ष की सुरक्षित बार कटने की महत्वपूर्ण प्रणाली तैयार करी ली है अजमाश की शुरुआत अज बडले साढे अठ बजे श्रीहरिकोटा च सतीश धवन अंतरिक्ष केन्द्र की जानी ही। उसी एन मौके पर किश तकनीकी कारण करी रोकी दी गय बी सौ पंजी तकर माहनू अंतरिक्ष च भेजने की तैयारी यदि शा पहले इसरो ने टी वी डी वन मिशन की कामयाब आजमैश की अज आज कि जाने परीक्षण का मकसद सुरक्षित लैंडिंग आली प्रणाली की गुणवत्ता से सटीकता की यकीनी बनाना हा तांजे अंतरिक्ष यात्रियों की वापस आते बेलेन सुरक्षित बार कटने की यकी बनाया जा मकसद चालक दल बचाव आली उप प्रणाली इन फ्लाइट अबार्ड की सफल जच करा भी है ਖੀਰੀ ਜਾਣਕਾਰੀ ਤੋਂ ਨੇ ਤੱਕ 38000 ਫੁੱਟ ਦੀ ਉਚਾਈ ਪਰ ਹੋਣ ਵਾਲੀ ਜਾਂਚ ਦੀ ਅਜ਼ਮੈਸ਼ ਪ੍ਰਕਿਰਿਆ ਕੀ ਫਿਲਹਾਲ 올ਡ ਪਰ ਰੱਖਿਆ ਗਿਆ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਔਰ ਪੁਲਿਸ ਯਾਦਗਿਰੀ ਦਿਹਾੜੇ ਦੇ ਮੌਕੇ ਪਰ ਅੱਜ ਨਵੀਂ ਦਿੱਲੀ ਚ ਰਾਸ਼ਟਰੀ ਪੁਲਿਸ ਸਮਾਰਕ ਪਰ ਸ਼ਹੀਦ ਪੁਲਿਸ ਕਰਮੀਆਂ ਦੀ ਸ਼ਰਧਾਂਜਲੀ ਭੇਂਟ ਕਰਗਨ 2 ਜੁਲਾਈ 1999 ਗੀ ਲਦਾਖ ਦੇ ਹੌਟ ਸਪ੍ਰਿੰਗ ਇਲਾਕੇ ਚ ਚੀਨੀ ਸੈਨਕਿਆ ਆਸਿਆ ਘਾਤ ਲਾਇਏ ਕੀਤੇ ਗਏ ਦੇ ਅਮਲੇ ਚ 10 ਪੁਲਸ ਕਰਮਚਾਰੀ ਸ਼ਹੀਦ ਹੋਏ ਗਏ ਜਿੰਦੇ ਚੇਤੇ ਚ ਤੇ ਡਿਊਟੀ ਦੌਰਾਨ ਆਪਣੀ ਜਿੰਦੂ ਦਾ ਬਲੀਦਾਨ ਦੇਣ ਵਾਲੇ ਔਰ ਨੇ ਪੁਲਸ ਕਰਮੀਆਂ ਦੇ ਚੇਤੇ ਚ ਇਸ ਦਿਹਾੜੇ ਕੀ ਪੁਲਸ ਯਾਦਗਾਰ ਦਿਵਸ ਤੇ ਰੂਪੇ ਚ ਮਨਾਇਆ ਜਾਂਦਾ ਹੈ ਪੁਲਸ ਕਰਮੀਆਂ ਦੇ ਬલિદાન ਤੇ ਰਾਸ਼ਟਰੀ ਸੁਰੱਖਿਆ ਤੇ ਅਖੰਡਤਾ ਕੀ ਬਣਾਈ ਰੱਖਣੇ ਚ ਉਹਦੀ ਭੂਮਿਕਾ ਕੀ ਮਾਨਤਾ ਦਿੰਦੇ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀਵਰੇ 2018 ਚ ਰਾਸ਼ਪੁਲਸ ਸਮਾਰਕ ਰਾਸ਼្ត ਦੇ ਨਿਮਿਤ ਕੀਤਾ ਹ ਜਿਹੜਾ ਪੁਲਸ ਬਲੇ ਦੀ ਰਾਸ਼ਟਰੀ ਪਛਾਣ, ਗੌਰਵ ਤੇ ਇਕਤਾ ਦੀ ਭਾਵਨਾ ਦਾ ਪ੍ਰਤੀਕ ਹੈ। गृह मामले मंत्रालय ने आख्या जे नरेंद्र मोदी हंधरी अगुवाई आली सरकार मुल्खें की साइबर सुरक्षित बनाने ले बचने दी है जे साइबर सुरक्षा अंतर्राष्ट्रीय सुरक्षा संबंधित मामले एक जरूरी पहलू बन गया है भारतीय साइबर संबंधित जुर्म आले सहयोग केंद्र मुल्ख साइबर जुर्में कबड़ने शुरू की भारतीय बैडमिंटन खड़ारन पी वी सिंधु डेनमार्क के दे, ओडेस च जिसके बैक एरेना चाईलैंड सुपानिडा गी हराइए डेनमार्क ओपन भीस सौ त्रेई के महिला एकल मुकाबले के सैमीफाइनल च पुजी गईं न सिंधु ने क्वाटर फाइनल च 19 उन्नी इक् बारा कर हराया तून अडब्ल्यूएफ सुपर सैवन फिफ्टी टूर्नामेंट के सेमीफाइनल च उ मुकाबला स्पेन की ਗੈਰਲਿਨਾ ਮਾਰਿਨ ਚਾ ਚੀਨੀ ਤਾਈਪਾਈ ਦੀ ਤਾਈ ਤੁਜੂ ਯਿੰਗ ਕਰਨੇ ਹੋਗ। ICC ਵਿਸ਼ਵ ਕੱਪ ਚ ਅੱਜ ਦੋ ਮੈਚ ਖੇਡੇ ਜਾਣੇ ਨੇ। ਪਹਿਲਾ ਮੁਕਾਬਲਾ ਬੜਲੇ 10:30 ਵਜੇ ਲਖਨਊ ਦੇ ਅਟਲ ਵਿਹਾਰੀ ਵਾਜਪਈ ਇਕਾਨਾ ਸਟੇਡੀਅਮ ਚ ਨੀਦਰਲੈਂਡਸ ਤੇ ਸ਼੍ਰੀਲੰਕਾ ਵਿਚਕਾਰ ਹੋਗ ਜਿਸਲੇ ਜੇ ਦੂਏ ਮੁਕਾਬਲੇ 'ਚ ਦੁਪਹਿਰੀ 2 ਵਜੇ ਮੁੰਬਈ ਦੇ ਵਾਨਕੇੜੀ ਸਟੇਡੀਅਮ 'ਚ ਇੰਗਲੈਂਡ ਤੇ ਦੱਖਣ ਅਫਰੀਕਾ ਦੀਆਂ ਟੀਮਾਂ ਆਮਨੇ ਸਾਹਮਨੇ ਆਉਣਗਣ ਇਹਦੇ 'ਚ ਪਹਿਲੇ ਕੱਲ ਰਾਤੀ ਬੰਗਲੌਰੂ ਦੇ ਐਮ ਚਿਦਮ ਚਿੰਨਾ ਸੁਆਮੀ ਸਟੇਡੀਅਮ 'ਚ ਆਸਟ੍ਰੇਲੀਆ ਨੇ ਪਾਕਿਸਤਾਨ 기8 ਰੰਸ ਦੇ ਕਰਨੇ ਅਰਾਈਏ ਇਸ ਵਿਸ਼ਵ ਕੱਪ 'ਚ ਆਪਣੀ ਦੂਜੀ ਜਿੱਤ ਹਾਸਲ ਕੀਤੀ 368 ਰੰਸ ਦੇ ਲਕਸ਼ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਪੂਰੀ ਟੀਮ 45 ਓਵਰ ਤੇ 3 ਗੇਂਦੇ ਚ 305 ਰਨਸ ਕੇ ਬਣਾਈ ਸਕੀ ਅਖੀਰ ਚ ਖਾਸ ਖਾਸ ਖਬਰਾਂ ਇੱਕ ਵਾਰੀ ਪੜਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰ ਗਵਾਲੀਅਰ ਚ ਸਿੰਧਿਆ ਸਕੂਲ ਦੇ 125 ਮੇ ਸਥਾਪਨਾ ਦਿਵਸ ਸਮਾਰੋਹ ਚ ਸ਼ਾਮਲ ਹੋਣਗੇ ਮਧਿਆ ਪ੍ਰਦੇਸ਼ ਦੇ ਇੱਕ ਲੇਗੀ ਦੇ ਅਸੈਂਬਲੀ ਚੋਣਾਂ ਤੇ ਛੱਤੀਸਗੜ੍ਹ ਚ ਦੂਏ ਕੇਰ ਦੇ ਅਸੈਂਬਲੀ ਚੋਣਾਂ ਅੱਜ ਬੜਲੇ ਸ਼ੁਰੂ ਹੋਏਗੇ ਨਾ ਇਸਰੋ ਨੇ ਮੁਲਕ ਦੇ ਪਹਿਲੇ ਮਾਨਵ ਰਹਿਤ ਅੰਤਰਿਕਸ਼ਯਾਨ ਮਿਸ਼ਨ ਗਗਨਯਾਨ ਦੀ ਅਜ਼ਮੈਸ਼ ਕੀ ਰੋਕ ਦਿੱਤਾ ਹੈ ਡੈਨਮਾਰਕ ਚ ਓਪਨ ਬੈਡਮਿੰਟਨ ਟੂਰਨਾਮੈਂਟ ਚ ਪੀਵੀ ਸੰਧੂ ਔਰ ਮਹਿਲਾਵਾਂ ਦੇ ਸਿੰਗਲਸ ਇਵੈਂਟ ਚ ਪੁੱਜੀ ਗਏ ਨਾ ਤੇ ਬੰਗਲੁਰੂ ਚ ਆਸਟ੍ਰੇਲੀਆ ਨੇ ਪਾਕਿਸਤਾਨ ਦੀ ਬਾਟ ਰਨਜ਼ੇ ਕਰਨੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਚ ਹਰਾਈ ਦਿੱਤਾ ਇਸ ਵੇਲੇ ਦੇ ਬੁਲੇਟਿਨ ਚ ਬਸ ਇੰਨਾ ਗਏ